So, Sashikal ji, saran nu guys, welcome back to Sarcastic Dudes. ਤੇ ਗਾਇਸ ਅੱਜ ਦਾ ਜਿਹੜਾ ਟੌਪਿਕ ਹੈਗਾ ਆ ਬਹੁਤ ਜ਼ਰੂਰੀ ਹੈ ਅਤੇ ਬਹੁਤ ਜ਼ਿਆਦਾ ਹੈਲਪਫੁਲ ਰਹੇਗਾ ਤੁਹਾਡੇ ਲਈ ਅਤੇ ਵੀਡੀਓ ਨੂੰ ਬਿਲਕੁਲ ਐਂਡ ਤੱਕ ਦੇਖਿਓ ਅਤੇ ਬਿਲਕੁਲ ਸਕਿੱਪ ਨਾ ਕਰਿਓ ਅਤੇ ਮੈਂ 2 ਮਿੰਟ ਬਹਿ ਕੇ ਅਤੇ ਵੀਡੀਓ ਬਣਾਉਂਦੇ ਆਪਾਂ ਠੀਕ ਹੈ ਜੀ ਲੈਟਸ ਗੋ ਗਾਇਸ ਹੋਪ ਕਰਾਂਗਾ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅਤੇ ਤੁਸੀਂ ਇਹ ਦੇਖ ਸਕਦੇ ਹੋ ਗਾਇਸ ਕਿੱਡਾ ਸੋਹਣਾ ਵਿਊ ਆ ਤੁਸੀਂ ਮੈਨ ਬਹੁਤ ਜ਼ਿਆਦਾ ਵਧੀਆ ਵੀਓ ਗਾਈਸ ਅਤੇ ਗਾਈਸ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਖਾਸ ਮੈਂ ਉਹਨਾਂ ਲਈ ਬਣਾ ਰਿਹਾ ਜਿਹੜੇ ਮੇਰੇ ਵੀਰ ਭੈਣ ਨਵੇਂ ਆਏ ਨੇ ਕੈਨੇਡਾ ਦੇ ਵਿੱਚ ਅਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਵੈਲਕਮ ਹੈ ਜੀ ਅਤੇ ਮੈਂ ਬਹੁਤ ਬਹੁਤ ਸਵਾਗਤ ਕਰਦਾ ਕਿ ਤੁਸੀਂ ਕੈਨੇਡਾ ਦੀ ਧਰਤੀ 'ਤੇ ਆਏ ਹੋ ਅਤੇ ਜਿਹੜੀਆਂ ਵੀ ਤੁਸੀਂ ਖੁਆਇਸ਼ਾਂ ਲੈ ਕੇ ਆਏ ਹੋ ਰੱਬ ਤੱਕ ਕਰਕੇ ਸਾਰੀਆਂ ਦੀ ਸਾਰੀਆਂ ਪੂਰੀਆਂ ਹੋਣ ਅਤੇ ਗਾਈਸ ਲਾਸਟ ਵੀਡੀਓ ਮੈਂ ਪਾਈ ਸੀਗੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਕੈਨੇਡਾ ਆਉਣ ਤੋਂ ਬਾਅਦ ਕਰਨੀਆਂ ਪੈਂਦੀਆਂ ਹੈ ਠੀਕ ਹੈ ਹੋਪ ਕਰਦਾ ਤੁਹਾਡਾ ਪਹਿਲਾ ਸਟੈਪ ਡਨ ਹੋਇਆ ਹੋਗਾ ਸਟੱਡੀ ਪਰਮਿਟ ਸਾਰਿਆਂ ਨੂੰ ਮਿਲ ਗਿਆ ਹੋਏਗਾ ਪ੍ਰੋਬਲਮ ਆ ਰਹੀ ਹੈ ਜੀ ਸਿਨ ਨੰਬਰ ਦੇ ਉੱਤੇ ਸਿਨ ਨੰਬਰ ਦਾ ਇੱਦਾਂ ਕਿ ਸਾਰੇ ਜਿੰਨੇ ਵੀ ਨਵੇਂ ਸਟੂਡੈਂਟਸ ਆਏ ਹੋਏ ਨੇ ਸਾਰੇ ਹੀ ਸਿਨ ਨੰਬਰ ਲੈਣ ਜਾ ਰਹੇ ਨੇ ਜਿਹਦੇ ਕਰਕੇ ਕਿ ਲਾਈਨਸ ਬਹੁਤ ਲੰਬੀਆਂ ਲੱਗੀਆਂ ਹੋਈਆਂ ਨੇ ਅਤੇ ਕਈਆਂ ਨੂੰ ਸਿਨ ਨੰਬਰ ਮਿਲ ਗਿਆ ਹੋਣਾ ਕਈਆਂ ਨੂੰ ਨਹੀਂ ਮਿਲਿਆ ਹੋਣਾ ਸੋ ਪ੍ਰੋਬਲਮ ਉਹਨਾਂ ਦੀ ਸੋਲਵ ਕਰਾਂਗਾ ਜਿਹਨਾਂ ਨੂੰ ਨਹੀਂ ਮਿਲਿਆ ਤੁਸੀਂ ਗਾਈਸ ਕੀ ਕਰ ਸਕਦੇ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ ਆਪਣੇ ਸਿਨ ਨੰਬਰ ਨੂੰ ਜ਼ਰੂਰੀ ਨਹੀਂ ਸਾਨੂੰ ਵਾਕ ਇਨ ਕਰਨਾ ਪਵੇ ਔਨਲਾਈਨ ਦੀ ਵੀਡੀਓ ਮੈਂ ਜਲਦੀ ਹੀ ਤੁਹਾਡੀ ਮਤਲਬ ਟਿਕਟੋਕ 'ਤੇ ਮੈਂ ਪਾਈ ਹੋਈ ਹੈ ਅਤੇ ਜਲਦੀ ਮੈਂ ਯੂਟਿਊਬ 'ਤੇ ਵੀ ਪਾਵਾਂਗਾ ਅਤੇ ਤੁਸੀਂ ਉਹਨੂੰ ਦੇਖ ਕੇ ਆਪਣਾ ਸਿਨ ਨੰਬਰ ਜਿਹੜਾ ਹੈਗਾ ਅਪਲਾਈ ਕਰ ਸਕਦੇ ਹੋ ਜਿਹੜਾ ਕਿ ਤੁਹਾਡਾ 15 business days ਦੇ ਵਿੱਚ ਆ ਜਾਏਗਾ ਤੁਹਾਡੇ ਘਰ ਠੀਕ ਹੈ ਅਤੇ ਕਈਆਂ ਨੂੰ ਮਿਸਕਨਸੈਪਸ਼ਨ ਇਹ ਹੈ ਕਿ ਸਿਨ ਤੋਂ ਬਗੈਰ ਤੁਹਾਨੂੰ ਤੁਹਾਡਾ ਜਿਹੜਾ GAC ਅਕਾਊਂਟ ਨੂੰ ਐਕਟੀਵੇਟ ਨਹੀਂ ਹੁੰਦਾ ਗਾਇਸ਼ ਇੱਦਾਂ ਬਿਲਕੁਲ ਨਹੀਂ ਹੈਗਾ ਕਿਉਂਕਿ ਸਿਨ ਸਾਨੂੰ ਉਹਨਾਂ ਕੰਮਾਂ ਲਈ ਚਾਹੀਦਾ ਜਿਸ 'ਚ ਤੁਹਾਡੀ ਟ੍ਰਾਂਜੈਕਸ਼ਨ ਹੁੰਦੀ ਹੈ ਆਪਣਾ ਜਿੱਦਾਂ ਤੁਹਾਨੂੰ ਇੰਟਰਸਟ ਵਗੈਰਾ ਮਿਲਦਾ ਹੋਵੇ ਜਿੱਦਾਂ TFSA ਅਕਾਊਂਟ ਹੋ ਗਿਆ RRSP ਹੋ ਗਿਆ ਜਾਂ ਸੇਵਿੰਗਸ ਅਕਾਊਂਟ ਹੋ ਗਿਆ ਮੋਸਟ ਪ੍ਰੋਬਲੀ ਸਾਨੂੰ ਸਿਨ ਉਹਨਾਂ ਕੰਮਾਂ ਲਈ ਚਾਹੀਦਾ ਹੁੰਦਾ ਨਾ ਕਿ ਚੈਕਿੰਗ ਅਕਾਊਂਟ ਦੇ ਲਈ ਠੀਕ ਹੈ ਅਤੇ ਤੁਸੀਂ ਕੀ ਕਰ ਸਕਦੇ ਹੋ ਗਾਇਸ ਕਿ ਜੇ ਤਾਂ ਤੁਹਾਡਾ ਸਕੋਸ਼ੀਆ ਦੇ ਵਿੱਚ ਹੈਗਾ ਤੁਸੀਂ ਆਰਾਮ ਨਾਲ ਆਪਣੇ ਬੈਂਕ ਦੇ ਵਿੱਚ ਜਾ ਕੇ ਉਹਨਾਂ ਨੂੰ ਕਹਿ ਦਿਓ ਕਿ ਮੈਂ ਸਿਨ ਨੰਬਰ ਅਪਲਾਈ ਕੀਤਾ ਹੋਇਆ ਬਟ ਮੈਨੂੰ ਮਿਲਿਆ ਨਹੀਂ ਮੇਰਾ ਰੈਫਰੈਂਸ ਨੰਬਰ ਦਿਖਾ ਦਿਓ ਉਹ ਤੁਹਾਨੂੰ ਬਿਲਕੁਲ ਵੀ ਨਹੀਂ ਪੁੱਛਣਗੇ ਤੁਹਾਡੇ ਸਿਨ ਨੰਬਰ ਦੇ ਠੀਕ ਹੈ ਅਤੇ ਜੇ ਤੁਹਾਡਾ ICIC ਬੈਂਕ ਦਾ ਹੈਗਾ ਤਾਂ ਸੇਮ ਥਿੰਗ ਤੁਸੀਂ ਕਰ ਸਕਦੇ ਹੋ ਅਤੇ ICIC ਬੈਂਕ ਦੀ ਮੈਂ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਅੱਜ ਗੱਲ ਕਰਦੇ ਹਾਂ ਕਿ ICIC ਬੈਂਕ ਦੇ ਵਿੱਚ ਆਪਾਂ ਕਿਸ ਤਰੀਕੇ ਨਾਲ ਆਪਣਾ ਜਿਹੜਾ GIC ਦਾ ਅਕਾਊਂਟ ਹੈ ਉਹ ਐਕਟੀਵੇਟ ਕਰਾਉਂਦੇ ਹਾਂ ਇਹ ਤੁਹਾਡਾ Step 3 ਸੀਗਾ ਠੀਕ ਹੈ ਹੁਣ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਅਤੇ ICIC ਬੈਂਕ ਦੇ ਲਈ ਗਾਈਸ 2 steps ਨੇ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਉਹਨਾਂ ਦੀ ਵੈਬਸਾਈਟ 'ਤੇ ਜਾਓ ਵੈਬਸਾਈਟ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਦਾਂਗਾ ਲਿੰਕ ਜਾਂ ਉਹਨਾਂ ਦਾ ਐਪਲੀਕੇਸ਼ਨ ਹੈ ਇੱਕ ਐਪਲੀਕੇਸ਼ਨ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ 'ਚ ਦੇ ਦਿੰਦਾ ਠੀਕ ਹੈ ਦੋਨਾਂ 'ਚੋਂ ਜਿੱਥੇ ਮਰਜ਼ੀ ਜਾ ਕੇ ਤੁਸੀਂ ਇੱਕ ਫਾਰਮ ਫਿਲ ਕਰਨਾ ਆ ਅਤੇ ਫਾਰਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਤੋਂ ਉਹ ਪੁੱਛਦੇ ਹੁੰਦੇ ਨੇ ਤੁਹਾਡਾ ਅਕਾਊਂਟ ਨੰਬਰ ਜਿਹੜਾ ਕਿ ਤੁਹਾਨੂੰ ਇਮੀਗ੍ਰੇਸ਼ਨ ਜਿਹੜਾ ਇੰਡੀਆ ਦੇ ਵਿੱਚ ਤੁਹਾਡੀ ਇਮੀਗ੍ਰੇਸ਼ਨ ਕੰਸਲਟੈਂਟ ਸੀਗੀ ਉਹ ਤੁਹਾਨੂੰ ਦਿੰਦੇ ਆ ਠੀਕ ਹੈ ਉਹ ਅਕਾਊਂਟ ਨੰਬਰ ਤੁਸੀਂ ਫਿਲ ਕਰਨਾ ਉਸ ਤੋਂ ਬਾਅਦ ਤੁਸੀਂ ਆਪਣਾ ਪਾਸਪੋਰਟ ਅਤੇ ਆਪਣੀ ਡੇਟ ਆਫ ਬਰਥ ਭਰ ਦਿਓ ਵੰਸ ਤੁਸੀਂ ਆਪਣਾ ਡਨ ਕਰ ਦਿੰਦੇ ਇੱਕ ਫਾਰਮ ਜਿਹਾ ਆ ਜਾਂਦਾ ਸਾਡੇ ਕੋਲ ਉਹ 'ਚ ਜਰਨਲ ਇਨਫੋਰਮੇਸ਼ਨ ਹੀ ਭਰਨੀ ਹੈ ਕੋਈ ਵੱਡੀ ਕੋਈ ਚੀਜ਼ ਨਹੀਂ ਹੈਗੀ ਸਾਰਾ ਕੁਛ ਈਜ਼ੀ ਆ ਉਹਦੇ ਵਿੱਚ ਠੀਕ ਹੈ ਅਤੇ ਜਦੋਂ ਆਪਣੀ ਤੁਸੀਂ ਜਨਰਲ ਇਨਫੋਰਮੇਸ਼ਨ ਭਰਦੇ ਉਹਦੇ ਵਿੱਚ ਸਿਨ ਦਾ ਵੀ ਆਉਂਦਾ ਸਿਨ ਮੈਂਡੇਟਰੀ ਨਹੀਂ ਆ ਜੇ ਤੁਹਾਡੇ ਕੋਲ ਹੈਗਾ ਤੁਸੀਂ ਭਰ ਦਿਓ ਜੇ ਨਹੀਂ ਹੈਗਾ ਇਨ ਕੇਸ ਤੁਸੀਂ ਉਹ ਆਪਣਾ ਬਾਅਦ ਦੇ ਵਿੱਚ ਅਪਡੇਟ ਕਰ ਸਕਦੇ ਵੰਸ ਜਦੋਂ ਤੁਸੀਂ ਉਹਨੂੰ ਤੁਸੀਂ ਮਤਲਬ ਕਿ ਤੁਹਾਨੂੰ ਮਿਲ ਜਾਂਦਾ ਠੀਕ ਹੈ ਅਤੇ ਉਸ ਤੋਂ ਬਾਅਦ ਕੀ ਕਰਨਾ ਗਾਈਸ ਜੋ ਤੁਹਾਡਾ ਤੁਸੀਂ ਸਬਮਿਟ ਕਰ ਦਿੰਦੇ ਹੋ ਉਸ ਫੋਰਮ ਨੂੰ ਤੁਸੀਂ ਕਿਸੇ ਵੀ ਬ੍ਰਾਂਚ ਦੇ ਵਿੱਚ ਜਿਹੜੀ ਹੈਗੀ ICICI ਦੇ ਬੈਂਕ ਦੇ ਕਿਸੇ ਵੀ ਬ੍ਰਾਂਚ ਜਾ ਸਕਦੇ ਹੋ ਜਾਂ ਫਿਰ ਉਹਨਾਂ ਦਾ ਜਿਹੜਾ ਕੋਈ ਪਾਰਟਨਰ ਆ ਪਾਰਟਨਰ ਉਹਨਾਂ ਦਾ ਹੈਗਾ ਗਾਈਸ ਕੈਨੇਡਾ ਪੋਸਟ ਤੁਸੀਂ ਕੈਨੇਡਾ ਪੋਸਟ 'ਚ ਜਾ ਕੇ ਵੀ ਆਪਣੀ ID ਵੈਰੀਫਿਕੇਸ਼ਨ ਕਰਵਾ ਸਕਦੇ ਹੋ ਜਾਂ ਤੁਸੀਂ ਵਾਕ ਇਨ ਕਰ ਸਕਦੇ ਹੋ ਕਿਸੇ ਵੀ ਬੈਂਕ ਦੀ ਬ੍ਰਾਂਚ ਦੇ ਵਿੱਚ ਤੁਸੀਂ ਬੈਂਕ ਦੀ ਬ੍ਰਾਂਚ ਦੇ ਵਿੱਚ ਜਾ ਕੇ ਆਪਣਾ ਜਿਹੜਾ ਫਾਰਮ ਜਿਹੜਾ ਤੁਸੀਂ ਫਿਲ ਕੀਤਾ ਸੀ ਉਹਦੀ ਤੁਹਾਨੂੰ ਇੱਕ ਮੇਲ ਆ ਜਾਂਦੀ ਤੁਹਾਡੇ ਆਪਣੇ ਜੀਮੇਲ ਦੇ ਵਿੱਚ ਤੁਸੀਂ ਉਹ ਉਹਨਾਂ ਨੂੰ ਦਿਖਾ ਦੇਣੀ ਹੈ ਵਿਦਇਨ 10 ਜਾਂ 15 ਮਿੰਟਸ ਦੇ ਵਿੱਚ ਤੁਹਾਨੂੰ GIC ਅਕਾਊਂਟ ਤੁਹਾਡਾ ਜਿਹੜਾ ਹੈਗਾ ਵਾ ਉਹ ਐਕਟੀਵੇਟ ਕਰਕੇ ਦੇ ਦਿੰਦੇ ਨੇ ਠੀਕ ਹੈ ਅਤੇ ਐਕਟੀਵੇਟ ਕਰਨ ਤੋਂ ਬਾਅਦ ਨਾਲ ਹੀ ਤੁਹਾਡੇ ਅਕਾਊਂਟ ਦੇ ਵਿੱਚ $2000 ਜਿਹੜੇ ਹੈਗੇ ਆ ਉਹ ਕ੍ਰੈਡਿਟ ਕਰਦੇ ਉਹ ਪਾ ਦਿੱਤੇ ਜਾਂਦੇ ਨੇ ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ ਅਤੇ ਬਾਕੀ ਜਿਹੜੇ ਰੈਸਟ ਆਫ ਦੀ ਅਮਾਊਂਟ ਹੁੰਦੀ ਆ ਉਹ ਤੁਹਾਨੂੰ ਇਕੁਅਲ ਅਮਾਊਂਟ ਦੇ ਵਿੱਚ 12 ਮਹੀਨਿਆਂ ਦੇ ਲਈ ਆਉਂਦੀ ਰਹਿੰਦੀ ਆ ਠੀਕ ਹੈ ਅਤੇ ਉਸ ਤੋਂ ਬਾਅਦ ਗਾਈਸ ਇੱਕ ਚੀਜ਼ ਹੋਰ ਹੈ ਜੇ ਤਾਂ ਤੁਸੀਂ ਇਨ ਫਿਊਚਰ 'ਚ ਸੋਚਿਆ ਹੈ ਕਿ ਸਕੋਸ਼ੀਆ ਬੈਂਕ ਦਾ ਮੈਂ ਕ੍ਰੈਡਿਟ ਕਾਰਡ ਲੈਣਾ ਜਾਂ ਸਕੋਸ਼ੀਆ ਬੈਂਕ ਦਾ ਅਕਾਊਂਟ ਖੁਲਾਉਣਾ ਮੈਂ ਤੁਹਾਨੂੰ ਇਹੀ ਪ੍ਰੈਫਰ ਕਰਾਂਗਾ ਕਿ ਤੁਸੀਂ ਜਿਹੜਾ ICIC ਬੈਂਕ ਦਾ ਕ੍ਰੈਡਿਟ ਕਾਰਡ ਨਾ ਲਿਓ ਇਹਦਾ ਕਾਰਨ ਕੀ ਹੈਗਾ ਕਿ ਜਦੋਂ ਆਪਾਂ ਕ੍ਰੈਡਿਟ ਕਾਰਡ ਲੈ ਕੇ ਯੂਜ਼ ਨਹੀਂ ਕਰਦੇ ਉਹਦੇ ਨਾਲ ਸਾਡਾ ਸਕੋਰ ਜਿਹੜਾ ਹੈਗਾ ਉਹ ਖਰਾਬ ਹੁੰਦਾ ਹੈ ਉਹਦੇ ਨਾਲ ਸਾਡਾ ਹਿਸਟਰੀ ਖਰਾਬ ਹੁੰਦੀ ਹੈ ਜੇ ਤੁਸੀਂ ਸੋਚਿਆ ਕਿ ਇਕੱਲਾ ICIC ਬੈਂਕ ਯੂਜ਼ ਕਰਨਾ ਫਿਰ ਡੈਫੀਨੇਟਲੀ ਤੁਸੀਂ ਆਪਣਾ ਕ੍ਰੈਡਿਟ ਕਾਰਡ ਵੀ ਅਪਲਾਈ ਕਰ ਦਿਓ ਕਿਉਂਕਿ ਸਕੋਸ਼ੀਆ ਦਾ ਇਹ ਫਾਇਦਾ ਹੁੰਦਾ ਕ੍ਰੈਡਿਟ ਕਾਰਡ ਦਾ ਕਿ ਤੁਹਾਨੂੰ ਕਾਫੀ ਫੈਸਿਲਿਟੀਜ਼ ਮਿਲ ਜਾਂਦੀਆਂ ਨੇ ਤੁਹਾਨੂੰ ਸੀਨ ਪੁਆਇੰਟਸ ਮਿਲਦੇ ਨੇ ਜਿਹਨਾਂ ਤੁਸੀਂ ਮੂਵੀਜ਼ ਦੇ ਸਕਦੇ ਹੋ ਪੁਆਇੰਟਸ ਰਿਡੀਮ ਕਰਾ ਸਕਦੇ ਹੋ ਕੱਲ੍ਹ ਨੂੰ ਹੈ ਨਾ
ਸੋ ਇਸ ਕਰਕੇ ਕਹਿੰਦਾ ਕਿ ਜੇ ਤਾਂ ਤੁਸੀਂ ਸਕੋਸ਼ੀਆ ਦਾ ਸੋਚਿਆ ਹੋਇਆ, ਮੈਂ ਕੱਲ੍ਹ ਨੂੰ ਸਕੋਸ਼ੀਆ ਬੈਂਕ ਖੋਲ੍ਹਣੀ ਆ, ਆਪਣਾ ਉਹਦਾ ਅਕਾਊਂਟ ਵੀ ਖੁਲਵਾਉਣਾ, ਦੈਨ ਆਈ ਸੀ ਆਈ ਸੀ ਦਾ ਤੁਸੀਂ ਕ੍ਰੈਡਿਟ ਕਾਰਡ ਨਾ ਲਿਓ ਅਤੇ ਸਕੋਸ਼ੀਆ ਅਕਾਊਂਟ, ਸਕੋਸ਼ੀਆ ਬੈਂਕ ਦਾ ਤੁਸੀਂ ਅਕਾਊਂਟ ਬਣਵਾ ਕੇ ਉਹਦਾ ਤੁਸੀਂ ਕ੍ਰੈਡਿਟ ਕਾਰਡ ਲੈ ਕੇ ਯੂਜ਼ ਕਰ ਸਕਦੇ ਹੋ। ਠੀਕ ਹੈ, ਅਤੇ ਆਹੀ ਗਾਈਸ ਅੱਜ ਦੀ ਵੀਡੀਓ ਸੀਗੀ ਜਿਹਦੇ ਵਿੱਚ ਕਿ ਤੁਹਾਨੂੰ ਮੈਂ ਦੱਸਦਾ ਕਿ ਤੁਸੀਂ ਕਿੱਦਾਂ ਆਪਣਾ ਜੀ ਐੱਚ ਈ ਦਾ ਅਕਾਊਂਟ ਫਿਲਨ ਕਰਨਾ, ਤਾਂ ਤੁਹਾਨੂੰ ਸਿਮ ਦੀ ਬਿਲਕੁਲ ਲੋੜ ਨਹੀਂ ਹੈਗੀ ਉਹਦੇ ਵਿੱਚ। ਅਤੇ ਅਗਲੀ ਵੀਡੀਓ 'ਚ ਆਪਾਂ ਸ਼ੇਅਰ ਕਰ ਦੂੰਗਾ ਮੈਂ ਤੁਹਾਡੇ ਨਾਲ ਕਿ ਤੁਸੀਂ ਆਪਣਾ ਸਿਮ ਜਿਹੜਾ ਹੈਗਾ ਕਿੱਦਾਂ ਜਿਹੜਾ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਤੁਹਾਨੂੰ ਜ਼ਿਆਦਾ ਜ਼ਰੂਰਤ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ, ਡੀ ਐੱਮ ਕਰ ਦਿਓ ਵਟਸਐਪ ਦੇ ਉੱਤੇ ਜਾਂ ਇੰਸਟਾਗ੍ਰਾਮ ਦੇ ਉੱਤੇ, ਮੈਂ ਤੁਹਾਨੂੰ ਜਿਹੜੀ ਵੀਡੀਓ ਲਿੰਕ ਕਰ ਦਾਂਗਾ ਕਿਉਂਕਿ ਮੈਂ ਟਿਕਟੋਕ 'ਤੇ ਆਲਰੇਡੀ ਪਾ ਚੁੱਕਿਆ ਹੋਇਆ। ਅਤੇ ਟਿਕਟੋਕ ਦੇ ਅਕਾਊਂਟ ਨੂੰ ਵੀ ਤੁਸੀਂ ਜ਼ਰੂਰ ਫੋਲੋ ਕਰਿਓ, ਮੈਂ ਤੁਹਾਨੂੰ ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ। ਇੰਸਟਾਗ੍ਰਾਮ 'ਤੇ ਫੋਲੋ ਕਰੋ ਗਾਈਜ਼, ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ ਚੈਨਲ ਨੂੰ। ਮੈਂ ਇੱਦਾਂ ਦੀ ਯੂਸਫੁਲ ਵੀਡੀਓ ਜਿਹੜੀ ਹੈਗੀ ਆਪਣੇ ਸਾਰੇ ਭਰਾ ਭੈਣਾਂ ਲਈ ਲੈ ਕੇ ਆਵਾਂਗਾ ਤਾਂ ਜੋ ਤੁਹਾਡੀ ਹੈਲਪ ਹੋ ਸਕੇ ਗਾਈਜ਼। ਠੀਕ ਹੈ, ਕੋਈ ਵੀ ਟੋਪਿਕ ਹੈ ਜਿੱਥੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਮੈਨੂੰ ਦੱਸੋ, ਮੈਂ ਉੱਥੇ ਵੀਡੀਓ ਬਣਾਵਾਂਗਾ। ਠੀਕ ਹੈ ਜੀ, ਥੈਂਕ ਯੂ ਸੋ ਮਚ ਗਾਈਜ਼, ਹੈਵ ਅ ਗ੍ਰੇਟ ਵਨ, ਬਾਏ।